यार पानी भी खत्म हो गया, बिजली वाले हले तक नहीं आए। अद्धे घंटे तक गया सीगा कल दा, यार हले तक नहीं आए, पता नहीं कितने रह गए। फोन कर दे हम, हेलो भाई आयो यार, बच्चे ने स्कूल जाना वा, पानी का कतरा नहीं है, पानी भी खत्म हो गया, बच्चे ने कपड़े इस्त्री करने से, माड़ा जहा सोचता मसला वा। तुसी ते कल दे तुहानू फोन करी जान नहीं आ, आयो कित्थे रह गए तुसी यार। अल्लाह दे बंदे दस सही, तैनू पता भी गाहक की कल भी कॉल आई है, तू कल भी मैनू दस्या नहीं है। उस्ताद जी हुण सौना भी तो हुंदा ही आ, काम ही करी जाना। किहड़ा काम कीता तू दसना मैनू? ओ दुकान नहीं खोली आ के, मैं दुकान नहीं खोली। जल्दी टुरो आया आया आयो आयो भाई जी आयो, लंघ जाओ लंघ जाओ। फोन ते बड़ा करदा सी, दिल दे काम बात तुसी कॉल कीती सी। हां जी सारे घर दे अंदर करदे भाजी। की गल, कोई जुर्म कीता उन्होंने अंदर करदे? नहीं काम शुरू करिए भाजी, आ जाओ आ जाओ आ जाओ आओ, काम नहीं भेड़ के भाई। आयो 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 पौड़ी किधर आयो भाई, आ बुआ भेड़ दियो, बच्चे बड़े पीछे है साडे। ओ यार माड़ा यार सोच लो आना सीगा, आईडी पौड़ी दा की काम इथे भाजी? तुहानू पता नहीं है बिजली दे काम दा किन्ना मसला हुंदा। इधर आ शिकरदा। आ गए उस्ताद जी। लै भी शिकरदा थल्ले रखी है उस्ताद जी। सिर्फ मोटर का माड़ा जा सोच लिया वा, सिर्फ वह देखना जरूरी होंगे चीजा सारिया साजी। सोहनी लगती पी आते, आ मेरे देखो कि लगती ਜੀ। ਭਾਜੀ ਤੁਸੀਂ ਦੋ ਲੈ ਲੈਂਦੀਆਂ ਜੁੱਤੀਆਂ ਤੇ ਅੱਧੀ ਟਰਾਲੀ ਰੇਤ ਦੀ ਮੰਗਾਓ, ਨਹੀਂ ਦੇ ਨਾਲ ਦੁੱਧ ਦਾ ਵੀ ਕਹਿ ਨਾ, ਦੁੱਧ ਦੇ ਦੋ ਗਲਾਸ ਵੀ ਗਰਮ ਕਰਨੇ, ਹਲਦੀ ਪਾ ਕੇ। ਹਾਂ ਉਹ ਕਾਤੋਂ? ਉਹ ਕਰੰਟ ਕਰੰਟ ਜਦੋਂ ਪੈਂਦਾ ਨਾ, ਉਹ ਬਾਅਦ ਚੋਂ ਇੱਕ ਚੀਜ਼ਾਂ ਕੰਮ ਆਉਂਦੀਆਂ ਨੇ। ਅੱਲਾ ਖੈਰ ਕਰੇ ਉਸਤਾਦ ਜੀ। ਚਲੋ ਪੜੋ ਬਿਸਮਿਲਾ ਤੇ ਧਿਆਨ ਨਾਲ ਸਾਹ ਬੰਦ ਕਰੋ ਇੱਕ ਵਾਰੀ। ਚਲੋ ਉਹ ਯਾਰ ਫੇਟਾ ਉਸਤਾਦ ਜੀ ਕਿਹੜੇ ਮੈਂ ਮਕੈਨਿਕ, ਕਿਹਨਾਂ ਨੂੰ ਕਹਿਤਾ ਵਾ ਮੈਂ? ਸਾਨੂੰ ਨਹੀਂ ਕਿਹਾ। ਉਹ ਯਾਰ ਇੱਕ ਸੋਚ ਲਾਉਣਾ ਮਾੜਾ ਜਿਹਾ ਸੋਚ ਲਾਉਣਾ, ਕਿਉਂ ਨਹੀਂ ਸਮਝ ਆਉਂਦੀ ਤੇਰੀ? ਭਾਜੀ ਸੋਚ ਬਿਜਲੀ ਦਾ ਨਹੀਂ, ਉਹਨੂੰ ਤਾਰਾਂ ਬਿਜਲੀ ਦੇਣ ਲੱਗੀਆਂ, ਅਸੀਂ ਆਪਣੀ ਅਹਤਿਆਤ ਨਹੀਂ ਕਰਨੀ। ਅੱਛਾ ਤੇ ਘਰ ਤੋਂ ਕਰੰਟ ਪੈ ਵੇਖਦੀ ਖੈਰ ਆ। ਹੈ ਭਾਜੀ ਮੈਂ ਕੰਮ ਇਹਦੇ ਨਾਲ ਕਰਨਾ ਵਾ, ਮੇਰਾ ਸਾਰਾ ਕੰਮ ਇਹਦੇ ਨਾਲ ਹੁੰਦਾ ਵਾ। ਕਹਿੰਦੇ ਨਹੀਂ ਕਿ ਇੱਕ ਹੱਥ ਚੱਲਣੀ ਚਾਹੀਦੀ ਸ਼ਾਇਦ, ਉਹ ਹਿਸਾਬ ਆ ਸਾਡਾ ਭਾਜੀ। ਆਹ ਕੀ ਆ ਉਸਤਾਦ ਜੀ ਮੈਂ ਫੜਿਆ ਤੁਹਾਨੂੰ, ਇਹ ਹੈਂਡਲ ਕਰਨ ਲਈ ਇਹਨਾਂ ਨੂੰ, ਇਹ ਤੇ ਇੱਦਾਂ ਮਕੈਨਿਕ ਵਧਾਉਣਾ ਜਿੱਦਾਂ ਮੈਂ। ਪਾਪਾ ਇਹਨੂੰ ਮਕੈਨਿਕ ਆ, ਦੋ ਅੱਖਲ ਗੁੱਡਾ ਨਹੀਂ। ਜਾਂ ਮਕੈਨਿਕ ਦੇ ਤਲਾਵੇਂ ਦੇ ਕੇ ਆ ਚੱਲ। ਭਾਜੀ ਸਾਰਿਆਂ ਨੂੰ ਬਾਹਰ ਕੱਢੋ। ਚਲੋ ਬਾਹਰ, ਤੁਸੀਂ ਵੀ ਬਾਹਰ ਚਲੋ। ਨਹੀਂ 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 ਫੈਮਿਲੀ ਨੂੰ, ਬੱਚਿਆਂ ਨੂੰ, ਘਰਦਿਆਂ ਨੂੰ। ਉਹ ਯਾਰ ਇੱਕ ਛੋਟਾ ਜਿਹਾ ਕਨੈਕਸ਼ਨ ਆ, ਮਾੜਾ ਜਿਹਾ ਐਵੇਂ ਜੋੜ ਲਾਉਣਾ ਵਾ। ਹੋ ਗਿਆ ਹੋ ਗਿਆ, ਇੰਨੇ ਬਾਜ਼ਾਰ ਇੰਨੇ ਪ੍ਰੋਕਸ ਕੀ ਮਸਲਨ? ਇਹ ਰਸਮਾਂ ਨੇ ਭਾਜੀ, ਰਸਮਾਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਨੇ, ਕੰਮ ਐਸਾ ਹੈ। ਬਿਜਲੀ ਨਾਰਾਜ਼ ਹੋ ਗਈ ਤੇ ਸਾਰੀ ਜ਼ਿੰਦਗੀ ਅੱਖ ਬੰਦ ਰਹੇਗੀ। ਉਹ ਯਾਰ ਕੀ ਟ੍ਰਾਂਸਫਾਰਮ ਬਦਲਣਾ ਵਾ, ਕੀ ਕਰਨਾ ਵਾ? ਚਲੋ ਉਸਤਾਦ ਜੀ ਟੁਰੋ ਤੁਸੀਂ ਤੇ। ਯਾਰ ਤੂੰ ਕੰਮ ਵੱਲ ਤਵਜੋ ਕਰਿਆ ਕਰ, ਤੂੰ ਬਾਹਰ ਨਹੀਂ ਜਾਣਾ। ਤੂੰ ਫੜ ਲਾ, ਫੜ ਕੇ ਨਾ ਧਿਆਨ ਨਾਲ, ਪਿੱਛੋਂ ਐਕਟਿਵ ਹੋ ਕੇ ਤੇਰਾ ਬੰਨਣੀ ਆ। ਅੱਛਾ ਭਾਜੀ ਬੋਰਡ ਕਿੱਥੇ ਆ? ਹੋਇਆ ਬੋਰਡ ਹੀ ਆ, ਹੋਰ ਕੀ ਆ? ਕਿਹੜਾ? ਆ ਬੋਰਡ ਆ ਦੇ। ਹਾਂ ਉਸਤਾਦ ਜੀ ਨਾ,
ਤੁਸੀਂ ਨਾ ਹੱਥ ਲਾਈਓ ਸਾਹ ਜੀ ਮੈਨੂੰ ਖਤਰੇ ਦੀ ਬੋ ਆ ਰਹੀ ਹੈ ਖਤਰੇ ਦੀ ਬੋ ਆ ਰਹੀ ਹੈ ਤਾਰ ਸੜੀ ਉਹਦੀ ਬੋ ਆ ਰਹੀ ਆ ਭਾਜੀ ਤੁਸੀਂ ਜ਼ਰਾ ਇਹਨਾਂ ਦੀ ਬਾਂਹ ਫੜ ਲਓ ਭਾਜੀ ਮੇਰੀ ਸੁਣ ਗੱਲ ਯਾਰ ਕੀ ਕਰਨ ਕੀ ਦੇ ਆ ਤੁਸੀਂ ਅਗਰ ਸਾਹ ਕੀ ਕਰਨਾ ਵਾ ਭਾਜੀ ਮੇਰੀ ਸੁਣ ਗੱਲ ਲਮਕ ਕੇ ਉੱਤੋਂ ਦੀ ਆਉਣਾ ਵਾ ਇਹ ਉੱਤੋਂ ਦੀ ਹੁਣ ਦੇਖੋ ਮੈਂ ਅਗਰ ਜ਼ਮੀਨ ਤੇ ਖਲੋ ਕੇ ਤੁਹਾਡਾ ਸੋਚ ਸਹੀ ਕਰਾਂਗਾ ਮੈਨੂੰ ਕਰੰਟ ਪੈ ਜਾਵੇ ਫਰਸ਼ 'ਚ ਕਰੰਟ ਆ ਜਾਵੇ ਬੱਚਿਆਂ ਨੂੰ ਪਏਗਾ ਕਰੰਟ ਮੈਂ ਉੱਤੋਂ ਦੀ ਕਰਾਂਗਾ ਉਹ ਰਸਾ ਉੱਤੇ ਸੁੱਟਣਾ ਵਾ ਉੱਤੋਂ ਲਮਕਾਉਣਾ ਉੱਤੇ ਜਾਣਾ ਯਾਰ ਕਿਹੜੇ ਮਕੈਨਿਕ ਮੈਂ ਕਿੰਨਾਂ ਨੂੰ ਕੱਲ੍ਹ ਦੇ ਫੋਨ ਕਰੀ ਜਾ ਰਿਹਾ ਕੀ ਗੱਲ ਅਸੀਂ ਨਵੀਂ ਜਿੱਦਤ ਲਿਆਏ ਹਾਂ ਕੰਮ 'ਚ ਭੈਣ ਜਦੀਦ ਕੰਮ ਕਰੀਦਾ ਵਾ ਆਪਾਂ ਔਰ ਭਾਜੀ ਬੱਚੇ ਨੂੰ 1000 ਰੁਪਏ ਦਿਓ ਮਠਿਆਈ ਦਾ ਤੁਹਾਡਾ ਸੋਚ ਸਹੀ ਹੋ ਗਿਆ ਉਹਦੀ ਖੁਸ਼ੀ 'ਚ ਮਠਿਆਈ ਖਾਣੀ ਖੁਸ਼ੀ 'ਚ ਮੁਬਾਰਕੀ ਵੀ ਦੇਣੀ ਤੁਸੀਂ ਇਹ ਵੇਖੋ ਇੱਧਰ ਵੇਖ ਗੱਲ ਸੁਣ ਮੇਰੀ 15 ਦਿਨਾਂ ਬਾਅਦ ਇਟਲੀ ਜਾਣਾ ਮੈਂ ਇਟਲੀ ਜਾ ਕੇ ਕਿਤੇ ਝੰਡਾ ਨਾ ਖਾ ਲਈ ਕਾਹਦੇ ਨਾਲ ਸਹੀ ਕਰਨਾ ਪਲਾਸ ਕਿੱਥੇ ਆ ਰੈਂਚ ਕਿੱਥੇ ਆ ਪੇਚਕਸ ਕਿੱਥੇ ਆ ਬਿਜਲੀ ਦਾ ਸਾਰਾ ਸਮਾਨ ਕਿੱਥੇ ਵੇਚ ਗਿਆ ਭਾਜੀ ਤੁਸੀਂ ਉਨੀ ਦੇਰ ਚਾਹ ਦਾ ਕਹੋ ਜਾਂ ਲੈ ਕੇ ਆ ਸਮਾਨ ਦੁਕਾਨ ਤੋਂ ਚੱਲ ਜਾ ਦੌੜ ਜਾ ਸਮਾਨ ਲੈ ਕੇ ਆ ਬਾਰੋਂ ਭਾਜੀ ਨੂੰ 1000 ਰੁਪਇਆ ਵੀ ਦਿਓ ਜ਼ਰਾ ਕਿਰਾਇਆ ਲੱਗਣਾ ਯਾਰ ਮਾੜਾ ਜਿਹਾ ਸੋਚ ਲਓ ਨਾ 1000 ਰੁਪਇਆ ਤਾਂ ਟੋਟਲ ਨਹੀਂ ਲੱਗਣਾ ਉੱਤੇ ਭਾਜੀ ਤੁਹਾਨੂੰ ਪਤਾ ਕਿ ਸਾਨੂੰ ਪਤਾ ਅਸੀਂ ਕੰਮ ਕੀਤੇ ਕਿ ਤੁਸੀਂ ਕੰਮ ਕੀਤੇ ਯਾਰ ਇੱਕ ਨਾਟਕ ਹੱਸਣਾ ਵਾ ਬਸ ਮਾੜਾ ਹੀ ਆ ਨਾਟਕ ਹੱਸਿਆ ਕੋ ਘੇਰਾ ਕੀਤਾ ਹੋਇਆ ਪੂਰਾ ਤਾਰਾਂ ਸਾਰੀਆਂ ਸੜੀਆਂ ਹੁਣ ਮੇਨ ਸੋਚ ਸੜਿਆ ਹੋਵੇ ਤੁਹਾਨੂੰ ਪਤਾ ਵਾ ਬਕਾਇਆ ਦੇ ਦਾਂਗੇ ਤੁਹਾਨੂੰ ਭਾਈ ਭਾਜੀ ਸੋਚੀ ਆ ਨਾ ਉਹ ਸੋਚੀ ਆ ਸਾਜੀ ਨਾ ਯਾਰ ਕਰ ਲੈਂਦੇ ਬੱਚਿਆਂ ਦੇ ਸਕੂਲੋਂ ਲੇਟ ਹੋ ਗਏ ਦਿਲ ਨੂੰ ਕੁਛ ਹੋਇਆ ਮੇਰੇ ਦਿਲ ਨੂੰ ਸਾਜੀ ਤਾਜੀ ਇਹਦਾ ਝਾਤੀ ਨਹੀਂ ਮਾਰੀ ਦੀ ਕਰੰਟ ਨੂੰ ਉਹ ਨਹੀਂ ਸੋਚ ਕਿਹੜਾ ਕੱਪੜੇ ਪਾਉਣ ਦੇ ਆ ਵੀ ਝਾਤੀ ਨਹੀਂ ਮਾਰੀ ਦੀ ਭਾਜੀ ਸੋਚੀਏ ਕਿ ਮਖੀਰ ਲੱਗਾ ਵਾ ਉਹ ਭਾਜੀ ਸੋਚੀਏ ਯਾਰ ਮਿੰਟ ਮਾਰ ਇੱਕ ਮਾੜੀ ਜਿਹੀ ਤਾਰ ਐਵੇਂ ਤੂੰ ਤੇ ਯਾਰ ਦੇਖ ਕਿੰਨੀਆਂ ਤਾਰਾਂ ਲਮਕਣ ਰਹੀਆਂ ਵਾ ਇੱਕ ਮਾੜੀ ਤਾਰ ਕਿੱਦਾਂ ਹੋ ਗਈ ਉਹ ਜਿਹੜੀ ਲੱਥੀ ਉਹ ਮਾੜੀ ਜਿਹੀ ਤਾਰ ਫਿਰ ਆਪ ਕਾਰਨ ਸੀ ਸਹੀ ਯਾਰ ਸਤਾਜੀ ਇਹਨਾਂ ਨੂੰ ਕਾਰੀਗਰ ਦੀ ਇੱਜ਼ਤ ਦਾ ਨਹੀਂ ਪਤਾ ਆਪਾਂ ਚੱਲੀਏ ਮੈਂ ਤੈਨੂੰ ਪਤਾ ਜਿਹੜੇ ਕੰਮ ਨੂੰ ਹੱਥ ਪਾ ਲਵਾਂ ਅੱਲਾ ਦੇ ਹੁਕਮ ਨਾਲ ਮੁਸ਼ਕਿਲ ਹੀ ਤੇ ਪੂਰਾ ਹੋਵੇ ਬੇਸ਼ੱਕ ਭਾਜੀ ਆ ਕੱਪੜਾ ਕਦੋਂ ਪਾਇਆ ਉਹ ਕੀ ਬੱਚੇ ਦੀ ਕੱਛੀ ਆ ਕਿੱਦਾਂ ਫੜਨ ਦੇ ਆ ਤੂੰ ਐਂ ਕਰਕੇ ਉਹਨੂੰ ਓਏ ਸੋਚ ਸਾਜੀ ਆ ਸੋਚਾ ਲਓ ਜੀ ਐਵੇਂ ਤੁਸੀਂ ਲੁਕਾਉਣ ਡੇ ਸੀ ਹੈ ਰਿਸ਼ਤੇਦਾਰੀ ਤੋਂ ਲੁਕਾਇਆ ਸੀ ਨਾ ਕੋਈ ਨਜ਼ਰ ਨਾ ਲੱਗ ਜਾਵੇ ਜਾਂ ਮੇਰਾ ਪੁੱਤਰ ਪਲਾਸ ਲੈ ਕੇ ਆ ਨਾਲ ਦੇ ਕੋ ਫੜ ਲਿਆ ਹੈ ਉਹਨੂੰ ਦੱਸੀ ਨੂੰ ਮੇਰਾ ਗਾਮਾ ਬਿਜਲੀ ਉਹਨੇ ਭੇਜਿਆ ਮੈਨੂੰ ਉਹ ਯਾਰ ਇੱਕ ਮਿੰਟ ਲੱਗਣਾ ਮੈਨੂੰ ਯਾਰ ਕਰ ਦੇ ਤੇਰੀ ਮਿਹਰਬਾਨੀ ਬੱਚਿਆਂ ਨੇ ਸਕੂਲ ਜਾਣਾ ਯਾਰ ਤੇਰੀ ਮਿਹਰਬਾਨੀ ਕਰਦੇ ਦਵਾਂ ਤੁਸੀਂ ਪਹਿਲੇ ਇਹ ਦੱਸੋ ਨਾ ਇਹ ਇੰਨਾ ਕੱਪੜਾ ਕਾਹਤੋਂ ਪਾਇਆ ਵੇਖ ਤਾਂ ਸਹੀ ਇਹ ਤੇ ਐਵੇਂ ਕੁਲਫਾ ਢਕਿਆ ਕੱਪੜਾ ਕਾਹਤੋਂ ਪਾਇਆ ਭਰਾਵਾ ਉਹ ਯਾਰ ਬਾਰਿਸ਼ ਪੈ ਜਾਂਦੀ ਨਾ ਲੀਕ ਹੋ ਜਾਂਦਾ ਵਾ ਇਹਦਾ ਨਿਜ਼ਾਮ ਲੀਕ ਹੋ ਜਾਂਦਾ ਵਾ ਆਹਾ ਸੋਚ ਇਹ ਲੀਕ ਕਿੱਦਾਂ ਹੋ ਜਾਂਦਾ ਭਾਜੀ ਸ਼ਾਰਟ ਆ ਜਾਂਦੀ ਯਾਰ ਕਰੰਟ ਆ ਜਾਂਦਾ ਇਹਦੇ ਵਿੱਚ ਬੱਚੇ ਆ ਛੋਟੇ ਛੋਟੇ ਹੱਥ ਨਾਲ ਲਾਈਵੇ ਦੀਵਾਰ 'ਚ ਕਰੰਟ ਆ ਜਾਂਦਾ ਵਾ ਮਾੜਾ ਜਿਹਾ ਸੋਚ ਲਾਉਣਾ ਸੀਗਾ ਤੇ ਪੌੜੀ ਦੁਆੜੀ ਚੁੱਕ ਲਿਆ ਟੋਪੀ ਪਾਇਆ ਜਿੱਦਾਂ ਪਤਾ ਨਹੀਂ ਗ੍ਰਿਡ ਖਰਾਬ ਹੋ ਗਿਆ ਪੂਰਾ ਇੱਥੇ ਭਾਜੀ ਮੇਰੀ ਸੁਣੋ ਗੱਲ ਭਾਜੀ ਸਾਰਾ ਸਮਾਨ ਲੈ ਕੇ ਆਇਆ ਪੇਟੀ ਹਰ ਸ਼ੈ ਮੈਂ ਆਪ ਨਵੀਂ ਕੈਪ ਮੇਰਾ ਸ਼ਿਕਰ ਤਾਂ ਹਲੇ 2 ਦਿਨ ਹੋਏ ਉਹਨੂੰ ਆਏ ਨੂੰ ਮੈਂ ਆਪਣੇ ਨਾਲ ਦੀ ਪੀਲੀ ਟੋਪੀ ਲੈ ਕੇ ਤੇ ਨਵੀਂ 900 ਰੁਪਏ ਦੀ ਹਾਲਾਂਕਿ ਮਾਰਕੀਟ ਸ਼ਾਰਟ ਸੀਗੀ ਮੈਂ ਲੈ ਕੇ ਤੇ ਫੇਰ ਵੀ ਭਾਜੀ ਯਾਰ ਇਹਨਾਂ ਗੱਲਾਂ ਨਾਲ ਮੇਰਾ ਕੋਈ ਮਕਸਦ ਹੈ ਭਾਜੀ ਅੱਛਾ ਦੁੱਧ ਪੱਤੀ ਨਹੀਂ ਹਲੇ ਗਰਮ ਹੋਈ ਉਹ ਆ ਜਾਂਦੀ ਹੈ ਯਾਰ ਤੂੰ ਕਨੈਕਸ਼ਨ ਦੇ ਕਰਨਾ ਪਾਣੀ ਆਵੇ ਯਾਰ ਬੱਚੇ ਸਕੂਲ ਜਾਣ ਤੋਂ ਬੈਠੇ ਆ ਬੱਚੇ ਸਕੂਲ ਹੁਣ ਮੈਂ ਲਾ ਕੇ ਆਉਣੇ ਭਾਜੀ ਜੁੱਤੀ ਤਾਂ ਮੰਗਾ ਕੇ ਦਿਓ ਭਾਜੀ ਜੁੱਤੀ ਕੀ ਕਰਨੀ ਆ ਦਰਸਲ ਨਾ ਮੈਂ ਜਲਦੀ ਦੇ ਵਿੱਚ ਭੁੱਲ ਗਿਆ ਸੀਗਾ ਸਾਡੇ ਸ਼ੂਜ਼ ਉੱਥੇ ਰਹਿ ਗਏ ਉਹ ਹੈਗੇ ਸਾਰੇ ਬੁਲਟ ਪ੍ਰੂਫ ਜੁੱਤੀ ਮੰਗਾ ਕੇ ਦਿਓ ਜੁੱਤੀ ਤੋਂ ਬਗੈਰ ਕੰਮ ਨਹੀਂ ਚੱਲਣਾ ਉਹ ਭਾਜੀ ਸ਼ਾਰਟ ਪਾ ਕੇ ਕੌਣ ਜ਼ਿੰਮੇਦਾਰ ਆ ਤੁਹਾਡੇ ਕੇ ਮੁੜ ਕੇ ਪਾਣੀ ਵੀ ਨਹੀਂ ਪਾਉਂਦੇ ਕਿਆ ਜਿਹੜਾ ਪਾਇਆ ਵਾ ਇੰਨਾ ਕੁਛ ਪਾਇਆ ਇਹਦੇ ਨਾਲ ਸ਼ਾਰਟ ਹਲੇ ਵੀ ਪੈ ਜਾਣੀ ਆ ਤੁਹਾਨੂੰ ਇਹ ਹਫਾਸ ਦੀ ਚੀਜ਼ਾਂ ਭਾਜੀ ਇਹ ਤਾਂ ਉੱਪਰ ਚੜਨਾ ਮੈਂ ਛੱਤੇ ਨਾਲੇ ਪਿਛਲੇ ਨੂੰ ਆਵਾਜ਼ ਦੇ ਦਿਓ ਕਿ ਛੱਤੇ ਚੜਨਾ ਜ਼ਰਾ ਹਲੇ ਪਿਛਲਿਆਂ ਨੂੰ ਵੀ ਆਵਾਜ਼ ਦੇਣੀ ਹਾਂਜੀ ਆਪਣੇ ਘਰ ਦੇ ਸਾਰੇ ਕੱਢਦੇ ਆ ਹਲੇ ਪਿਛਲਿਆਂ ਨੂੰ ਆਵਾਜ਼ ਦੇਣੀ ਉਹਨਾਂ ਨੂੰ ਵੀ ਕੱਢ ਦੇਣਾ ਵਾ ਭਾਜੀ ਤੁਸੀਂ ਮੈਨੂੰ ਜੈਬ ਕੋਨ ਦਿਖਾਉਣੇ ਜੁੱਤੀ ਦਿਖਾਓ ਸਾਜੀ ਆ ਗਿਆ ਆ ਲੈ ਭਾਜੀ ਹੁਣ ਆ ਗਿਆ ਪਿੱਛੇ ਹੋ ਜਾਓ ਥੋੜਾ ਭਾਜੀ ਜੁੱਤੀ ਲਿਆਓ ਪਹਿਲੇ ਉਹ ਯਾਰ ਜੁੱਤੀ ਕੀ ਕਰਨੀ ਤੂੰ ਜੁੱਤੀ ਭਾਜੀ ਜੁੱਤੀ ਮੈਂ ਖਾਣੀ ਆ ਭਾਜੀ ਪਾਉਣੀ ਆ ਜੁੱਤੀ ਲਿਆਓ ਯਾਰ ਆ ਜੁੱਤੀ ਪਾਈ ਦੀ ਹੋਈ ਆ ਤੂੰ ਪਹਿਲਾਂ ਫੜ ਯਾਰ ਭਾਜੀ ਜੁੱਤੀ ਜੁੱਤੀ ਆ ਗਈ ਆ ਭਾਜੀ ਹੁਣ ਸਹੀ ਆ ਭਾਜੀ ਜੁੱਤੀ ਤੇ ਬੜੀ ਬਿਹਤਰੀਨ ਆ ਭਾਜੀ ਲਓ ਜੀ ਫਿਰ ਤੁਸੀਂ ਕਰੋ ਕੰਮ ਮੈਂ ਇਹਦਾ ਨਮਾਜ਼ ਪੜ੍ਹ ਕੇ ਆਇਆ ਭਾਜੀ ਠੀਕ ਹੈ ਸਾਜੀ ਹਲੇ ਭਾਜੀ ਹੈ ਉਹ ਯਾਰ ਆਂਦੇ ਕਰਦੇ ਉਹਦੇ ਦੇ ਦਾ ਪਿੱਛੇ ਹੋ ਜਾ ਪਿੱਛੇ ਹੋ ਜਾ ਉਹਦਾਂ ਸੁਣਿਆ ਨਹੀਂ ਉਹ ਭਾਈ ਮੇਰੀ ਗੱਲ ਸੁਣ
ਸਿਗਰਦਾ ਮੈਨੂੰ ਤੂੰ ਜੱਫੀ ਪਾਏਗਾ ਨਾ ਹਾਂਜੀ ਅਗਰ ਮੈਨੂੰ ਸ਼ਾਟ ਪੈਂਦੀ ਹੈ ਤੈਨੂੰ ਵੀ ਪਏਗੀ ਉਹਨੂੰ ਵੀ ਪਏਗੀ ਇਸ ਤਰ੍ਹਾਂ ਨਹੀਂ ਇੱਥੋਂ ਫੜ ਕੇ ਰੱਖ ਖਿੱਚ ਆ ਫੜੋ ਉਸਤਾਦ ਓ ਸਿਗਰਦਾ ਹਾਂਜੀ ਮੈਨੂੰ ਕੁਝ ਹੋ ਗਿਆ ਨਾ ਹਾਂਜੀ ਮੇਰਾ ਕਤਲ ਸਪਾਈ ਦੇ ਸੁਣਾਈ ਓਕੇ ਮੇਰੇ ਜਿਵੇਂ ਕਾਤੋਂ ਆ ਵੀ ਹਾਂ ਤੇਰਾ ਕੰਮ ਨਹੀਂ ਤੂੰ ਮੈਂ ਪੈਸੇ ਨਹੀਂ ਦੇਣੇ ਤੈਨੂੰ ਅੱਛਾ ਅੱਛਾ ਬਹੁਤ ਅੱਛੇ 1500 ਰੁਪਿਆ ਸਾਡੀ ਜਾਨ ਦੀ ਕੀਮਤ ਆ ਦੱਸ ਯਾਰ 750 ਰੁਪਏ ਦਾ ਉਸਤਾਦ ਮੇਰਾ ਤੇ 2500 ਜੀ ਉਹਨੂੰ ਲੈ ਰਹੇ ਹਾਂ ਉਸਤਾਦ ਆ ਕਿ ਆਟੇ ਦਾ ਤੋੜਾ ਵਾ 750 ਦਾ ਆਟੇ ਦਾ ਤੋੜਾ ਵੀ ਨਹੀਂ ਆ ਰਿਹਾ ਉਸਤਾਦ ਜੀ 750 ਨਾਲੇ ਮੇਰੀ ਗੱਲ ਸੁਣ ਲਾ ਸ਼ਿਗਰਦਾ ਹਾਂਜੀ ਉਸਤਾਦ ਜੀ ਹੌਲੀ ਹਰਕਤ ਕਰੀਓ ਪੌੜੀ ਨਾ ਟੁੱਟੀਏ ਭਾਈ ਪੌੜੀ ਕਾਹਤੋਂ ਲਾ ਲਈ ਕੀ ਗੁੱਡਾ ਵਧਾਉਣ ਲੱਗੇ ਤੁਸੀਂ ਮੇਰੀ ਗੱਲ ਸੁਣ ਤੈਨੂੰ ਨਜ਼ਰ ਨਹੀਂ ਆਇਆ ਮੇਰਾ ਹੱਥ ਨਹੀਂ ਪਹੁੰਚਣ ਡਿਆ ਯਾਰ ਹੱਥ ਆ ਓਏ ਨਾ ਯਾਰ ਕਿਸੇ ਨੇ ਸੋਚਦੇ ਝਾਤੀ ਨਹੀਂ ਮਾਰੀ ਬਹੁਤ ਉੱਚੀ ਆ ਕਿਤੇ ਭਰਜਾਈ ਦਾ ਵੀ ਰੱਖੂਗਾ ਬੱਚਿਆਂ ਦਾ ਰੱਖਣਾ ਵਾ ਠੀਕ ਹੈ ਮੇਰੀ ਸੁਣ ਲਾ ਗੱਲ ਸ਼ਿਗਰਦਾ ਕੰਮ ਔਖਾ ਵਾ ਮੈਨੂੰ ਕੁਛ ਹੋ ਗਿਆ ਨਾ ਘਰ ਮੇਰੇ ਖਰਚਾ ਦੇ ਜਾਈ ਯਾਰ ਦੇ ਦੋ ਨਾ ਫਿਰ ਮੈਂ ਦੇਈ ਜਾਊਂਗਾ ਉਹ ਯਾਰ ਤੈਨੂੰ ਕੀ ਹੋ ਜਾਣਾ ਕੀ ਹੈ ਮੈਨੂੰ ਇਹ ਦੱਸ ਤੂੰ ਭਾਅ ਜੀ ਕੰਮ ਤਾਂ ਦੇਖੋ ਕਿੱਡਾ ਔਖਾ ਵਾ ਉਹ ਯਾਰ ਇੰਨਾ ਕੁ ਕੰਮ ਮੈਂ ਆਪ ਵੀ ਕਰ ਲੈਂਦਾ ਹੁੰਦਾ ਯਾਨੀ ਕਿ ਸਾਡੀ ਕੋਈ ਕਦਰ ਨਹੀਂ ਆ ਇੰਜੀਨੀਅਰਿੰਗ ਦਾ ਕੀਤੀਆਂ ਆ ਡਿਪਲੋਮੇ ਕੀਤੇ ਕਿਸੇ ਕੰਮ ਨਹੀਂ ਤੁਸੀਂ ਆਪ ਹੀ ਘਰ ਟੈਸਟਰ ਲੈ ਕੇ ਸ਼ੁਰੂ ਹੋ ਜਾਂਦੇ ਆ ਫਿਰ ਤਾਂ ਹੀ ਬੰਦੇ ਮਾਰਦੇ ਪਟਾਕੇ ਪੈਂਦੇ ਪੂਰਾ ਪੂਰਾ ਘਰ ਉੱਡ ਜਾਂਦਾ ਵਾ ਇਹ ਕੰਮ ਵਾ ਵੀਰੇ ਹਾਂ ਆ ਤੈਨੂੰ ਨਹੀਂ ਪਤਾ ਡੈਮ ਦਾ ਕੰਮ ਕੌਣ ਕਾਲਾ ਡੈਮ ਦਾ ਕੰਮ ਕੌਣ ਕਰਦਾ ਕੌਣ ਕਰਦਾ ਮੈਨੂੰ ਕੀ ਪਤਾ ਕੌਣ ਕਰਦਾ ਉਹ ਸ਼ਿਗਰਦਾ ਹਾਂਜੀ 1000 ਫੜਾ ਓਏ 500 ਆ ਮੇਰੇ ਕੋਲ ਸਾਜ ਜੀ ਕੋਈ ਨੀ ਆਉਣ ਰਹੀ ਕਰੇਲੇ ਗੋਸ਼ਤ ਕਿਦਾਂ ਪੱਕ ਗਏ ਉਹ ਆਵਾਜ਼ਾਂ ਨੀ ਆਉਣ ਰਹੀ ਮਰਾਸੀ ਤੁਸੀਂ ਭਾਜੀ ਯਾਰ ਇਹਨੂੰ ਸਮਝਾ ਯਾਰ ਬੱਚੇ ਸ਼ੌਕ ਨਾਲ ਖਾਂਦੇ ਆ ਕਰੇਲੇ ਗੋਸ਼ਤ ਪੱਕੇ ਯਾਰ ਕਿਹੜੇ ਕੰਮ ਕਰਨ ਦੇ ਆ ਬੱਚੇ ਤੁਹਾਡੇ ਹੀ ਆ ਸਾਡੇ ਤੇ ਵੱਡੇ ਵੀ ਸ਼ੌਕ ਨਾਲ ਖਾਂਦੇ ਨੇ ਭਾਜੀ ਤੁਸੀਂ ਕਿਸੇ ਨੂੰ ਕੋਈ ਨਸੀਹਤ ਕਰਨੀ ਕਿਸੇ ਨੂੰ ਮਿਲਣਾ ਵਰਤਣਾ ਉਹ ਕਰ ਲਓ ਹੁਣੇ ਕਾ ਚੱਲ ਮੈਂ ਸੋਚ ਤੁਹਾਡਾ ਸਹੀ ਕਰ ਦੇਣਾ ਵਾ ਲੇਕਿਨ ਬਾਅਦ ਦੇ ਵਿੱਚ ਮੈਨੂੰ ਨਾ ਦੱਸਣਾ ਭਾਜੀ ਉਸਤਾਦ ਜੀ ਧਿਆਨ ਨਾਲ ਮੈਨੂੰ ਬੜੀ ਫਿਕਰ ਆ ਤੁਹਾਡੀ ਭਾਜੀ ਚੁੱਕੋ ਕਪੜਾ ਤੇਰਾ ਓਏ ਹੋਏ ਹੋਏ ਢੱਕ ਦਿਓ ਉਸਤਾਦ ਜੀ ਤੁਹਾਨੂੰ ਸਹੀ ਦੱਸਾਂ ਮਸਲਾ ਕੀ ਆ ਆ ਤਾਰ ਬਾਹਰ ਆ ਤੇ ਮੈਂ ਵੀ ਇਹੀ ਕਹਿੰਦੇ ਆ ਕਿ ਮਾੜੀ ਜੀ ਤਾਰ ਬਾਹਰ ਆ ਤੁਸੀਂ ਇਹ ਤਾਂ ਨਹੀਂ ਦੱਸਿਆ ਵੀ ਇਹਦੀ ਤਾਰ ਬਾਹਰ ਆ ਤੁਸੀਂ ਸੋਚਦੇ ਮਾੜੀ ਜੀ ਤਾਰ ਬਾਹਰ ਆ ਅਸੀਂ ਹੁਣ ਸਾਰਾ ਸਰਵੇ ਕਰਕੇ ਸਾਰਾ ਰੌਲਾ ਰੌਲਾ ਮੁਕਾ ਕੇ ਫਿਰ ਹੀ ਪਤਾ ਲੱਗਾ ਨਾ ਵੀ ਆਹ ਤਾਰ ਬਾਹਰ ਤੁਸੀਂ ਦੱਸਿਆ ਤੁਹਾਨੂੰ ਵੀ ਆਹ ਤਾਰ ਬਾਹਰ ਅਸੀਂ ਉੱਤਰਲੀ ਅੱਖ ਨਾਲ ਦੇਖੀ ਸਾਰੀ ਵਾਇਰਿੰਗ ਇਹ ਥੱਲੋਂ ਨੁਕਸਾਨ ਨਜ਼ਰ ਹੀ ਨਹੀਂ ਸੀ ਹੁਣ ਇੱਦਾਂ ਵਾ ਕਿੰਨੀ ਵਾਰੀ ਦੇਖਿਆ ਕਿਆ ਦੇਖੋ ਉੱਪਰੋਂ ਆਉਣਾ ਨਜ਼ਰ ਭਾਜੀ ਇਹਨੂੰ ਥੱਲੇ ਕਰ ਦਿਓ ਕਿਤੇ ਆ ਲੈ ਸ਼ਿਗਰਦਾ ਪੌੜੀ ਪਰੇ ਕਰ ਪੌੜੀ ਪਰੇ ਕਰ ਲਾ ਮੈਨੂੰ ਸਾਰਾ ਪਤਾ ਲੱਗ ਗਿਆ ਸ਼ਿਗਰਦਾ ਹਾਂਜੀ ਹਾਂਜੀ ਸ਼ਿਗਰਦਾ ਪੌੜੀ ਮੋਟਰ ਬੰਦ ਕਰੋ ਦੋ ਮਿੰਟ ਸਾਹ ਵੀ ਲਓ ਉਸਤਾਦ ਜੀ ਮਰਨ ਨੀ ਲੱਗੇ ਤਕਰੀਬਾਤ ਕਿਸੇ ਤਰ੍ਹਾਂ ਦੀ ਸਹੂਲਤ ਮੌਜੂਦ ਹੋਵੇ ਸਾਨੂੰ ਦੱਸਣਾ ਵਾ ਤੁਹਾਨੂੰ ਕੁਛ ਵੀ ਚਾਹੀਦਾ ਹੋਵੇ ਭਾਜੀ ਮੈਂ ਤਾਬੇਦਾਰ ਆ ਭਾਜੀ ਅਸੀਂ ਹਾਜ਼ਰ ਆ ਯਾਰ ਹੁਣ ਮੁਕਾਏਗਾ ਕੰਮ ਨੂੰ ਕਿ ਨਹੀਂ ਭਾਜੀ ਕਿੱਧਰ ਗਏ ਭਾਜੀ ਫੇਰ ਗਾਇਬ ਹੋ ਗਏ ਕੰਮ ਦਾ ਮਜ਼ਾ ਆਇਆ ਤੁਹਾਨੂੰ ਔਰ ਇੱਕ ਦੂਸਰੀ ਵੱਡੀ ਗੱਲ ਮੈਂ ਜਿਸ ਘਰ ਚ ਵੀ ਕੰਮ ਹੋ ਗਿਆ ਵਾ
ਕੰਮ ਤੇ ਕਦੋਂ ਦਾ ਹੋ ਗਿਆ ਵਾ ਕਿੱਥੇ ਹੋ ਗਿਆ ਨਹੀਂ ਜੀ ਕੀ ਤੇ ਤੁਸੀਂ ਐਦਾ ਬੋਰਡ ਦਾ ਸ਼ੀਟ ਚੁੱਕ ਕੇ ਦੇਖ ਲਓ ਆ ਲਓ ਭਾਈ ਮੈਨੂੰ ਲੱਗਦਾ ਮੋਟਾ ਲਵਾਇਆ ਕਿਸੇ ਦਾ ਹੈ ਕੰਮ ਕਰਾਇਆ ਬੋਰਡ ਦਾ ਸੋਚੋ ਪਰਦਾਦਾਰ ਲੱਗ ਰਿਹਾ ਤੁਹਾਡਾ ਲਓ ਭਾਜੀ ਤੁਹਾਡਾ ਸਾਰਾ ਕੰਮ ਓਕੇ ਹੋ ਗਿਆ ਅੱਲਾ ਦੇ ਹੁਕਮ ਨਾਲ ਇਹਨੂੰ ਤੁਸੀਂ ਹੱਥ ਲਾ ਕੇ ਛੁੱਟੋ ਜ਼ਰਾ ਸੋਚ ਲਓ ਤਾਰ ਤੇ ਯਾਰ ਉਦਾਂ ਹੀ ਬਾਹਰ ਆ ਭਾਈ ਫਿਰ ਪਿੱਛੋਂ ਮੇਨ ਤਾਰ ਕੱਟਣੀ ਪੈਣੀ ਹੈ ਫਿਰ ਮਸਲਾ ਹੱਲ ਹੋਣਾ ਭਾਜੀ ਮੇਨ ਤਾਰ ਕਾ ਤੋਂ ਕੱਟਣੀ ਬਾਹਰ ਮੀਟਰ ਤੋਂ ਹਾਂਜੀ ਸਾਰਾ ਕਨੈਕਸ਼ਨ ਆਊਟ ਕਰਨਾ ਪੈਣਾ ਇੱਕ ਵਾਰੀ ਭਾਜੀ ਮੇਰੀ ਗੱਲ ਸੁਣੋ ਹੁਣ ਮੈਂ ਅਗਰ ਡਾਇਰੈਕਟਰ ਨੂੰ ਪਲਾਸ ਪਾਉਣਾ ਵਾ ਤੇ ਭਾਜੀ ਖਰਾਬ ਹੋ ਜਾਣਾ ਸਾਰਾ ਕੁਝ ਮੈਨੂੰ ਵੀ ਮੇਰੀ ਜਾਨ ਜਾਣ ਦਾ ਖਤਰਾ ਵਾ ਹੁਣ ਤੁਹਾਡੇ ਇੱਕ ਸੋਚ ਦੀ ਖਾਤਰ ਮੈਂ ਪਰਦਾ ਕਰ ਜਾ ਭਾਜੀ ਯਾਰ ਇਹਨਾਂ ਕੁਝ ਤੂੰ ਪਾਇਆ ਤੈਨੂੰ ਕਿੱਥੋਂ ਦੀ ਗਰੰਟ ਪੈ ਜਾਣਾ ਵਾ ਤੇ ਭਾਜੀ ਮੈਂ ਪੱਲੇ ਨੂੰ ਪਾਇਆ ਇਹ ਕਿਹੜਾ ਤੁਸੀਂ ਲੱਗ ਦਿੱਤਾ ਤੁਸੀਂ ਤਾਂ ਆਪਣੇ ਸੋਚ ਨੂੰ ਦੇਖਣਾ ਨਾ ਯਾਰ ਇੱਥੋਂ ਹੀ ਤੂੰ ਕਰ ਲਾਂਗਾ ਡਾਇਰੈਕਟ ਕਰ ਦੇਖ ਬਾਹਰੋਂ ਕਦੋਂ ਕੱਟਣੀ ਤਾਰ ਭਾਜੀ ਬਿਜਲੀ ਆਉਣ ਕਿੱਥੋਂ ਡਈ ਆ ਬਾਹਰੋਂ ਆਉਣ ਡਈ ਨਾ ਮੀਟਰ ਚੋਂ ਹੁਣ ਮੀਟਰ ਚੋਂ ਤਾਰ ਕੱਟਣੀ ਮੈਂ ਡਾਇਰੈਕਟ ਗ੍ਰਿਡਾਂ 'ਚ ਤਾਂ ਨਹੀਂ ਜਾਣਾ ਭਾਜੀ ਉਹ ਯਾਰ ਕਰਦੇ ਯਾਰ ਇੱਥੇ ਕਰਦੇ ਉਹ ਫਿਰ ਭਾਜੀ ਆ ਜਾਓ ਆਪ ਆਜੋ ਆਪ ਕੱਟ ਲਓ ਆਪ ਕੱਟ ਲਓ ਤੁਹਾਨੂੰ ਪਤਾ ਹੀ ਨਹੀਂ ਆਇਆ ਕੰਮ ਕਿੱਦਾਂ ਹੁੰਦੇ ਭਾਜੀ ਅੱਲਾ ਖੈਰ ਕਿਤੇ ਚਲੋ ਸਤਾ ਜੀ ਮੇਰੀ ਗੱਡੀ ਆਉਣ ਡਈ ਹੈ ਹੈ ਤੈਨੂੰ ਸਾਰਾ ਤਿਆਰ ਕਰਤਾ ਵੀ ਮੈਂ ਦਰਖਤਾਂ 'ਚ ਚੜ੍ਹਨਾ ਵਾ ਕੰਮ ਹੋਣੇ ਗਿਆ ਕੰਮ ਹਲੇ ਕਿਤੋਂ ਹੋ ਗਿਆ ਤਾਂ ਗੱਲ ਹੋਣ ਡਈ ਯਾਰ ਭਾਜੀ ਮੇਰੀ ਸੁਣੋ ਗੱਲ ਸਿੱਧੀ ਸਾਫ਼ ਗੱਲ ਵਾ ਝੂਠ ਨਹੀਂ ਬੋਲਾਂਗਾ ਇੱਕ ਨੰਬਰ ਕੰਮ ਕਰਾਂਗੇ ਤੁਸੀਂ ਗਾਹ ਵੀ ਲੌਂਗ ਟਾਈਮ ਚੱਲਣਾ ਵਾ ਲੱਖ ਰੁਪਇਆ ਲਵਾਂਗੇ ਭਾਜੀ ਆਏ ਨੇ ਸੋਚਦਾ ਹਾਂ ਕਿੰਨੇ ਕੁ ਸੋਚਦਾ ਭਾਜੀ ਵਿੱਚ ਇੰਸ਼ੋਰੈਂਸ ਦਾ ਵੀ ਪਾ ਲਿਆ ਤੁਸੀਂ ਆਪਣੀ ਇੰਸ਼ੋਰੈਂਸ ਅਸੀਂ ਆਜ਼ਾਦ ਆ ਭਾਜੀ ਇੰਸ਼ੋਰੈਂਸ ਹਰਾਮ ਆ ਭਾਜੀ ਕਿਉਂ ਭਾਜੀ ਨਾ ਕੰਮ ਦੇਖੋ ਨਾ ਕੀ ਆ ਮੇਨ ਸਪਲਾਈ ਆ ਤੁਹਾਡੀ ਭਾਜੀ ਦੇਖੋ ਪੌੜੀ ਦਾ ਕਿਰਾਇਆ ਰੱਸੇ ਦਾ ਕਿਰਾਇਆ ਆ ਟੋਪੀਆਂ ਦਾ ਕਿਰਾਇਆ ਭਾਜੀ ਆ ਪੈਟੀ ਦਾ ਕਿਰਾਇਆ ਅੱਗੇ ਤੇ ਕਿਹਾ ਨਹੀਂ ਸੀ ਸਾਡਾ ਆਪਣਾ ਵਾ ਸਾਰਾ ਕੁਝ ਮੈਂ ਕਦੋਂ ਕਿਹਾ ਵਾ ਝੂਠ ਬੋਲਣ ਡੇ ਦੇਖ ਲਓ ਭਾਜੀ ਨੇ ਗਲਤ ਬਿਆਨੀ ਨਹੀਂ ਕੀਤੀ ਅਸੀਂ ਇਹਨਾਂ ਨੇ ਬਸ ਇੱਕੋ ਗਲਤ ਬਿਆਨੀ ਕੀਤੀ ਜਿਹੜਾ ਮੈਂ ਇਟਲੀ ਜਾ ਰਿਹਾ ਭਾਜੀ ਹੁਣ ਅਸੀਂ ਰੋਟੀ ਖਾ ਕੇ ਜਾਣਾ ਵਾ ਯਾਰ ਰੋਟੀ ਤੁਹਾਨੂੰ ਖਵਾ ਦਾਂਗੇ ਪਹਿਲੇ ਕੰਮ ਤੇ ਮਕਾ ਉਹ ਕੰਮ ਤੁਹਾਨੂੰ ਮੈਂ ਕਹਿ ਜੋ ਦਿੱਤਾ ਭਾਜੀ ਕਿ ਪਿੱਛੋਂ ਕਨੈਕਸ਼ਨ ਕੱਟਣਾ ਪੈਣਾ ਫਿਰ ਹੋਣਾ ਤੁਸੀਂ ਇੱਦਾਂ ਹੀ ਸੋਚ ਲਿਆ ਤੁਸੀਂ ਇੱਦਾਂ ਮਾੜਾ ਹੀ ਤਾਰ ਅੜਾਈ ਕੰਮ ਹੋ ਜਾਏਗਾ ਤੁਹਾਡਾ ਭਾਜੀ ਯਾਰ ਇਹ ਕਿਹੜਾ ਕੋਈ ਕੰਮ ਹੋਇਆ ਲਓ ਦੱਸੋ ਯਾਰ ਜਦੋਂ ਬਿਜਲੀ ਮਾੜੀ ਜਿਹੀ ਹਵਾ ਚੱਲੀ ਤਾਂ ਫਿਰ ਕੰਮ ਤੇ ਉੱਥੇ ਖਰਾਬ ਆ ਹਵਾ ਜਿੰਨੀ ਮਰਜ਼ੀ ਚੱਲੀ ਹੋਵੇ ਜਿੱਦਾਂ ਤੁਸੀਂ ਪੜਦਾ ਪਾਇਆ ਉਹਨੂੰ ਨਹੀਂ ਹਵਾ ਲੱਗਣੀ ਉਹ ਤਾਂ ਦਿਲ ਕਰ ਸਾਹ ਘੁੱਟ ਕੇ ਤਾਰ ਲੱਤੀ ਹੋਵੇ ਉਹਦੀ ਵੀ ਜਿੰਨੀ ਤੁਸੀਂ ਉੱਥੇ ਅੱਲਾ ਮਾਸ਼ਾ ਪੜਦਾ ਪਾਇਆ ਜਿਵੇਂ ਇਹ ਸਰਦੀਆਂ ਦਾ ਬੋਰਡ ਹੈ ਵੀ ਤੁਸੀਂ ਵੀ ਬਰਫਬਾਰੀ ਪੈਣ ਡਈ ਆ ਤੁਸੀਂ ਇਹਨੂੰ ਤਾਹ ਕਰੋ ਨਾ ਇਹ ਤੁਹਾਡੇ ਮਸਲੇ ਬਣਦੇ ਇਹਦੀ ਵਜ੍ਹਾ ਤੋਂ ਇਹ ਵੇਖੋ ਹੈ ਤੁਹਾਡਾ ਪੜਦਾ ਸਹੀ ਹੋਣ ਵਾਲਾ ਅਸੀਂ ਇੱਕ ਇਹਦੇ ਵਾਸਤੇ ਕਿੱਦਾਂ ਦੀ ਪਲਾਸੀ ਲੈਣੀ ਆ ਸਾਨੂੰ ਪਲਾਸੀ ਨਹੀਂ ਲੈਣੀ ਇੱਕ ਬੰਦਾ ਲੈਣਾ ਭਾਜੀ ਉਹ ਬੰਦਾ ਤੁਹਾਡਾ ਜੀ ਫੜ ਕੇ ਖੜਾ ਰਵੇ ਪਾਸ ਹਾਂਜੀ ਕਿੰਨੀ ਤਨਖਾਹ ਦੇ ਭਾਜੀ 12,000 ਦੇ ਦੂੰਗੇ ਤੇ ਮੈਂ ਵੀ ਆਈ ਹੂੰ ਤੇ ਤੁਸੀਂ ਇਟਲੀ ਜਾ ਰਹੇ ਸੀਗੇ ਉਹ ਕੋਈ ਨਹੀਂ ਇਟਲੀ ਵੀ ਚੱਲ ਜਾਾਂਗੇ 12,000 ਦੇ ਲਾਂਗੇ ਤੁਹਾਡੇ ਤੇਰਾ ਬਹੁਤ ਫਿਟੇ ਮੂੰਹ 12,000 ਤੁਹਾਨੂੰ ਇੱਕ ਮਹੀਨਾ ਮਿਲਣਾ ਇਟਲੀ ਤੈਨੂੰ 2,00,000 ਰੁਪਏ ਦੀ ਤਨਖਾਹ ਲੱਗਣੀ ਮੈਂ ਤੈਨੂੰ ਤਿਆਰ ਕਰਕੇ ਇਟਲੀ ਭੇਜਣਾ ਵਾ ਸਮਝ ਆ ਗਿਆ ਕੰਮ ਕਿੱਦਾਂ ਕੀਤਾ ਵਾ ਸਾਰਾ ਦੇਖਿਆ ਵਾ ਹਾਂਜੀ ਦੇਖ ਲਿਆ ਕੋਈ ਵੀ ਨਹੀਂ ਦੇਖਿਆ ਉਧਰ ਨੂੰ ਮੂੰਹ ਸੀ ਇਹਦਾ ਆ ਤੁਹਾਨੂੰ ਰਸੇ ਰੁਸੇ ਬਣਨ ਦਿਆ ਸੀ ਕੰਮ ਦੇ ਇਹਨੇ ਦੇਖਿਆ ਹੀ ਨਹੀਂਗਾ ਭਾਜੀ ਪਹਿਲੇ ਜ਼ਰੂਰੀ ਹੁੰਦੀ ਤੁਹਾਡੀ ਤਿਆਰੀ ਹੁਣ ਤੁਹਾਡੀ ਸ਼ਾਦੀ ਆ ਤੁਸੀਂ ਪਹਿਲੇ ਪੈਂਟ ਕੋਟ ਪਾਉਣਾ ਸ਼ੇਰਵਾਨੀ ਪਾਉਣੀ ਤੁਹਾਨੂੰ ਉਹ ਪਾਣੀ ਆਉਣੀ ਚਾਹੀਦੀ ਕਿ ਡਾਇਰੈਕਟ ਕਬੂਲਾ ਕਹਿਣਾ ਹੋਣਾ ਚਾਹੀਦਾ ਸ਼ੇਰਵਾਨੀ ਪਾਣੀ ਹੋਣੀ ਇਹੀ ਗੱਲ ਆ ਪਹਿਲੇ ਕਬੂਲ ਹੋਣਾ ਚਾਹੀਦਾ ਉਸਤਾਦ ਜੀ ਨਹੀਂ ਨਹੀਂ ਪਾਗਲ ਤੂੰ ਪਹਿਲੇ ਸ਼ੇਰਵਾਨੀ ਪਾਉਣੀ ਚਾਹੀਦੀ ਤਦ ਕਰਕੇ ਸ਼ੇਰਵਾਨੀ ਪਾ ਕੇ ਹੁਣ ਉੱਥੇ ਜਾ ਕੇ ਪਤਾ ਨਾ ਹੋਵੇ ਅੱਗੇ ਕੀ ਕਹਿਣਾ ਵਾ ਤੇ ਫੇ ਸ਼ੇਰਵਾਨੀ ਤੇ ਜ਼ਾਇਆ ਹੋ ਗਈ ਨਾ ਭੈਣ ਹਾਂ ਜੀ ਭਾਈ ਹੁਣ ਕੀ ਚਾਹੁੰਦੇ ਹੋ ਤੁਹਾਨੂੰ ਸਹੀ ਕਰਕੇ ਦਵਾਂ ਤੇ ਹੋਰ ਭਾਈ ਤੁਹਾਨੂੰ ਕਾਹਦੇ ਵਾਸਤੇ ਬੁਲਾਇਆ ਮੈਂ ਤੁਹਾਨੂੰ ਇੱਥੇ ਕੀ ਮਹਿਮਾਨ ਹੋ ਤੁਸੀਂ ਮੇਰੇ ਆਓ ਫੇ ਤੁਹਾਡਾ ਭਾਈ ਤਾਰਾਂ ਹੀ ਕੱਟ ਗਏ ਆ ਜਾਓ ਸਰ ਨਾ ਕੋ ਪਤਾ ਜਾਏਗਾ ਤੁਹਾਡਾ ਭਾਜੀ ਆ ਕਾਹਦੀ ਤਾਰ ਆ ਭਾਜੀ ਉਹ ਯਾ ਮੇਨ ਤਾਰ ਨਾਲ ਇਹ ਨਾ ਕੱਟਦੀ ਕਿਤੇ ਭਾਜੀ ਮੇਨ ਤਾਰ ਕੱਟਾਂਗਾ ਤੇ ਫੇਰ ਹੀ ਮਸਲਾ ਹੱਲ ਹੋਏਗਾ ਨਾ ਭਾਜੀ ਹੁਣ ਸ਼ਾਰਟ ਪਵਾ ਲਵਾਂ ਮੀਟਰ ਦੀ ਤਾਰ ਇਹ ਨਾ ਕੱਟਦੀ ਯਾਰ ਇਹ ਵਾਟਰ ਦਾ ਕੰਮ ਆ ਆਹ ਫੜ ਯਾਰ ਸੀ ਕਿੰਦੇ ਕਿ ਉਹਨੇ ਤੋਂ ਫੜ ਦੇਣਾ ਆ ਕਰ ਸਹੀ ਆ ਤੁਹਾਡੇ ਸਾਹਮਣੇ ਹੁਣੇ ਸਹੀ ਹੋ ਜਾਣਾ ਸਹੀ ਕਰ ਉਹ ਐਵੇਂ ਬੱਚਾ ਨਾ ਕਿਸੇ ਦਾ ਸ਼ਹੀਦ ਕਰਵਾ ਦੇ ਹੀ ਰਹਿਣ ਦੇ ਕਰ ਤੂੰ ਸਹੀ ਹੈਂਡ ਮੂ ਕਰ ਜਿਹੜੀ ਥੱਲੇ ਤਾਰ ਨਾਲ ਚਿੱਟੀ ਜੀ ਲੱਗੀ ਆ ਉਹ ਵਿੱਚ ਵਾੜ ਦੇ ਕੀ ਹੋਇਆ ਓਏ ਹੈਂਡ ਮੂ ਕਰ ਇਹ ਚੱਲ 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 ਮੇਰਾ ਪੁੱਤ ਉਤਾਰ ਲਾ ਦੇ ਉਹ ਲਾ ਦੇ ਤਾਰ ਉਤਾਰ ਲਾ ਭਾਈ ਨੂੰ ਉਠਾ ਉਹਨੂੰ ਕਿਹਾ ਸਾਨੂੰ ਕੰਮ ਦੇ ਪੈਸੇ ਵੀ ਦੇ ਸਾਨੂੰ ਦਵਾਈ ਦੇ ਪੈਸੇ ਵੀ ਦੇ ਤੇ ਪੱਟੀਆਂ ਦੇ ਪੈਸੇ ਵੀ ਦੇ ਮੈਂ ਸਾਜ ਨੂੰ ਬੁਲਾਉਣਾ ਬਸ ਬੁਲਾ ਨੂੰ ਭਾਈ ਸਾਜੀ ਹਾਂ ਉਹ ਲੱਗਦਾ ਮਰ ਗਿਆ ਉਹ ਚਲੋ ਤੁਹਾਡੇ ਪੈਸੇ ਵੀ ਮਰ ਗਏ ਮਰ ਗਿਆ ਬੰਦਾ ਮਰ ਗਿਆ ਮੇਰੀ ਗੱਲ ਤਾਂ ਸੁਣੋ ਜੇਬਾਂ ਤਲਾਸ਼ੀ ਤੇ ਲੈ ਪੈਸੇ ਹੋਣੇ ਆ ਪੈਸੇ ਤੇ ਲੈ ਲਾ ਉਹ ਆ ਜਾ ਭਾਈ ਆ ਜਾ